ਨਾ ਤੇ ਕੋਈ ਸਟਾਰਾਂ ਚ ਆਉਂਦਾ ਨਾ ਕੁਛ ਆਉਂਦਾ, ਸਿੱਧੀ ਗੱਲ ਕੰਜਰਾਂ ਤੇ ਮਰਾਸੀਆਂ ਦੇ ਵਿੱਚ ਆਉਂਦਾ। ਬਾਕੀ ਤੁਸੀਂ ਆਪਣੀਆਂ ਜਿਹੜੀਆਂ ਵੀਡੀਓ ਪਾ ਰਹੇ ਨਾ ਇਹਨਾਂ ਬਿਲਕੁਲ ਜ਼ਿਆਦਾ ਸਾਬਤ ਕਰਤਾ ਤੁਸੀਂ 100% ਤੁਸੀਂ ਕਿੰਨੇ ਜੋਗੇ ਹੈ। ਠੀਕ ਹੈ, ਉਹ ਲੈਂਗੁਏਜ ਸੁਣ ਜਾਂਦਾ ਤੇ ਨੱਚਦਾ ਉਹਦੇ ਵਿੱਚੋਂ ਆ ਜਾਂਦਾ, ਇਹਦੇ ਚ ਨੀ ਕੋਈ ਜੱਟ ਲਵਾਣਾ ਤੇ ਫਲਾਣਾ ਕੋਈ ਚੂੜਾ ਚਮਾਰ ਕੋਈ ਮਜ਼ਬੀ ਕੋਈ ਉਹਦੇ ਚ ਨੀ ਆ ਜਾਂਦਾ। ਜਿਹੜਾ ਗਾਉਣ ਲੱਗ ਗਿਆ ਨਾ ਉਹ ਕੰਜਰਾਂ ਦੀ ਕੈਟਾ। ਸਤਿ ਸ੍ਰੀ ਅਕਾਲ ਜੀ ਦੋਸਤੋ, ਮੈਂ ਬਾਜਵਾ ਪੰਜਾਬੀ ਪੈਰਿਸ ਤੋਂ ਤੇ ਨਾਲ ਮੇਰਾ ਕਰਨੈਲ ਵੀਰ, ਤੇ ਅੱਜ ਸਾਨੂੰ ਇਹ ਆਉਣਾ ਨਹੀਂ ਚਾਹੁੰਦੇ ਸੋਸ਼ਲ ਮੀਡੀਆ 'ਚ, ਆਉਣਾ ਪਿਆ ਕਾਹਤੇ, ਤਿੰਨ ਹੈ ਤਾਂ ਕੁੜੀਆਂ ਕਿਸੇ ਦੀਆਂ ਧੀਆਂ ਭੈਣਾਂ, ਅਸੀਂ ਗਲਤ ਨਹੀਂ ਉਹਨਾਂ ਨੂੰ ਕਹਿੰਦੇ, ਪਰ ਨਾ ਜਿਹੜਾ ਉਹਨੇ ਗੰਦ ਪਾ ਦਿੱਤਾ ਨਾ ਸੋਸ਼ਲ ਮੀਡੀਆ 'ਚ, ਹੱਥ ਜੋੜਦੇ ਯਾਰ, ਬਸ ਕਰੋ ਬਸ ਕਰੋ ਬਸ ਕਰੋ। ਸਵੇਰ ਨੂੰ ਸੁੱਤੇ ਉੱਠ ਕੇ ਪਾਠ ਲੱਭੀ ਤਾਂ ਯੂਟਿਊਬ 'ਚ ਤੁਹਾਡੀ ਵੀਡੀਓ, ਫੇਸਬੁੱਕ 'ਚ ਲੱਭੀ ਤਾਂ ਤੁਹਾਡੀ ਵੀਡੀਓ, ਉਹ ਥੋੜ੍ਹੀ ਬਹੁਤੀ ਸ਼ਰਮ ਕਰੋ, ਤੁਹਾਡਾ ਪਰਿਵਾਰ ਵੀ ਦੇਖਦਾ। ਬਾਕੀ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ, ਮੈਂ ਵੀ ਦੇਸੀ ਪਰਦੇਸੀ ਪੇਜ 'ਚੋਂ, ਅਤੇ ਅੱਜ ਬਾਜਵੀ ਵੀਰ ਨਾਲ ਬੜੇ ਚਿਰ ਬਾਅਦ ਵੀਡੀਓ ਬਣਾਉਣ ਲੱਗੇ, ਮੈਂ ਸੋਸ਼ਲ ਮੀਡੀਆ ਛੱਡ ਹੀ ਦਿੱਤਾ ਸੀਗਾ, ਅਤੇ ਅੱਜ ਵੀਡੀਓ ਬਣਾਉਣਾ ਤਾਂ ਪਿਆ ਵੀ ਅਗਰ ਜੇ ਪੰਜਾਬ ਦੀਆਂ ਕੁੜੀਆਂ ਇੱਦਾਂ ਦੀਆਂ ਨਾ ਤਾਂ ਤਾਂ ਹੀ ਲੋਕ ਕੁੜੀਆਂ ਜੰਮਣ ਤੋਂ ਡਰਦੇ ਆ, ਵੀ ਤੁਸੀਂ ਜਲੂਸ ਕੱਢਣ ਦੀਆਂ ਜੇ, ਵੀ ਤੁਸੀਂ ਆਹ ਕਰਨ ਦੀਆਂ ਜੇ, ਆਹ ਛਰਲੇ ਯਾਰ, ਆਪਣੇ ਘਰ 'ਚ ਪੜਦੇ 'ਚ ਜੋ ਮਰਜ਼ੀ ਕਰੋ, ਕੀ ਵਿਖਾਉਂਦੇ ਜੇ ਲੋਕਾਂ ਨੂੰ ਤੁਸੀਂ ਵੀ ਅਸੀਂ ਇੰਝ ਆ, ਉਹ ਫਲਾਣੇ ਨਾਲ ਇੰਝ ਹੋਈ, ਉਹ ਫਲਾਣੇ ਨਾਲ ਇੰਝ ਹੋਈ, ਇੱਕ ਦੂਜੇ ਦੇ ਤੁਸੀਂ ਰਾਜ ਖੋਲਣ ਦੇ, ਉਹ ਮਾਂਜੀ ਕਰਾਉਣਾ, ਠੀਕ ਹੈ ਯਾਰ, ਜਿਹੜੇ ਤੁਸੀਂ ਕਲਾਕਾਰ ਜੇ ਮਾਡਲ ਜੇ, ਸਿੱਧੀ ਜੀ ਗੱਲ ਇੱਕ ਮਰਾਸੀ ਤੇ ਕੰਜਰਾਂ ਦਾ ਇਹ ਕੰਮ ਹੁੰਦਾ ਟੀਵੀ ਤੇ ਨੱਚਣਾ ਤੇ ਲੋਕਾਂ ਨੂੰ ਇੰਟਰਟੇਨ ਕਰਨਾ, ਤੇ ਜਿਹੜੇ ਕੰਜਰ ਹੁੰਦੇ ਨੇ ਉਹ ਕੁਛ ਵੀ ਕਰਨ, ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ। ਤੇ ਬਾਕੀ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਜੀ, ਹਰ ਕੋਈ ਬੰਦਾ ਫੇਸਬੁੱਕ ਯੂਟਿਊਬ ਚਲਾਉਣ ਦਿਆ ਯਾਰ, ਕੋਈ ਚੱਜ ਦੀ ਚੀਜ਼ ਵਿਖਾਓ, ਅੱਜ ਕੱਲ੍ਹ ਦੀ ਚੀਜ਼ ਵਿਖਾਓ, ਕੀ ਵਿਖਾਉਣਾ ਚਾਹੁੰਦੀਆਂ ਜੀ, ਵੀ ਫਲਾਣੀ ਨੇ ਇੰਝ ਕੀਤਾ, ਉਹਨੇ ਇਹਦੇ ਨਾਲ ਇੰਝ ਕੀਤਾ, ਉਹ ਕੀਤਾ ਹੋਏਗਾ ਯਾਰ, ਉਹਦੀ ਜ਼ਿੰਦਗੀ ਜੋ ਮਰਜ਼ੀ ਕਰੋ, ਖੇ ਖਾਓ, ਜੋ ਗੰਦ ਖਾਂਦੀ ਖਾਓ, ਪਰ ਲੋਕਾਂ ਨੂੰ ਤੇ ਨਾ ਵਿਖਾਓ, ਅਸੀਂ ਇੰਨੇ ਕੁ ਜੋਗੀਆਂ। ਇਸ ਕਰਕੇ ਵੀਡੀਓ ਬਣਾਈ ਹੈ, ਇਸੇ ਕਰਕੇ ਮੈਂ ਵੀਡੀਓ ਬਣਾ ਕੇ ਅੱਜ ਪਾਉਣ ਲੱਗਾ, ਨਹੀਂ ਤੇ ਮੈਂ ਸੋਸ਼ਲ ਮੀਡੀਆ ਤੇ ਆਉਣਾ ਤੇ ਵੀਡੀਓ ਬਣਾਉਣੀ ਬੜੇ ਚਿਰ ਤੋਂ ਛੱਡਦੀ, ਸ਼ਾਇਦ 2-2.5 ਸਾਲ ਹੋ ਗਏ ਨੇ ਮੈਂ ਕਦੇ ਵੀਡੀਓ ਨਹੀਂ ਬਣਾਈ, ਪਰ ਇਹਨਾਂ ਨੂੰ ਮੈਂ ਕਹਿੰਦਾ ਠੀਕ ਹੈ, ਜਦੋਂ ਬੰਦਾ ਆ ਕੇ ਪੜਦੇ ਤੇ ਨੱਚਦਾ ਹੈ ਨਾ ਤੇ ਉਹ ਇੱਕ ਕੰਜਰ ਹੀ ਨੱਚਦਾ ਹੈ, ਉਹ ਕੰਜਰ ਦੀ ਕੈਟਾਗਰੀ ਚ ਆ ਜਾਂਦਾ। ਸਾਨੂੰ ਨਾ ਗਾਲਾਂ ਕੱਢ ਤੀਂ ਦੇ, ਕੁੜੀਆਂ ਦੀ ਵੀਡੀਓ ਦੇਖ ਲਿਓ, ਇਹਨਾਂ ਦੀ ਵਰਡਿੰਗ ਸੁਣ ਲਿਓ, ਨਾ ਵੀਡੀਓ ਚ ਕਿਆ ਯੂਜ਼ ਕਰ ਰਹੀਆਂ ਇਹ, ਤੇ ਇਸ ਕਾਕਾ ਇਹੀ ਬੋਲ ਰਹੇ ਕੰਜਰ, ਕਿਉਂਕਿ ਤੁਸੀਂ ਕੰਮ ਕਰ ਰਹੇ ਠੀਕ ਹੈ, ਤੁਹਾਡਾ ਫੈਸ਼ਨ ਹੈ ਜਾਂ ਕੁਛ ਵੀ ਹੈ, ਸਿੰਗਿੰਗ ਜਾਂ ਕੁਛ ਵੀ, ਯਾਰ ਸਾਨੂੰ ਗਾਣਾ ਪਸੰਦ ਆਉਂਦਾ, ਕਿਸੇ ਨੂੰ ਮੂਸੇ ਦਾ ਆਇਆ, ਇਹਨੂੰ ਬੱਬੂ ਮਾਨ ਦਾ ਆਇਆ, ਅਸੀਂ ਸੁਣਦੇ, ਠੀਕ ਹੈ, ਕਿਸੇ ਨੂੰ ਨਹੀਂ ਪਸੰਦ ਆਇਆ, ਡਿਸਲਾਈਕ ਇਮੇਜ ਦਾ ਗਾਲਾਂ ਵੀ ਕੱਢੀ ਦੀਆਂ। ਅੱਜ ਤੋਂ ਥੋੜੇ ਜਿਹੇ ਟਾਈਮ ਪਿੱਛੇ ਤੁਰ ਜਾਓ ਤੁਸੀਂ, 84-85 ਦੇ ਵਿੱਚ ਵਿਆਹ ਢੰਗ ਦੇ ਹਨ, ਵਿਆਹਾਂ ਢੰਗਾਂ ਦੇ ਵਿੱਚ ਨਾ ਪ੍ਰੋਗਰਾਮਾਂ ਦੇ ਵਿੱਚ ਭੰਡ ਆਉਂਦੇ ਸਨ, ਨੱਚਣ ਉਹ ਨੱਚਦੇ ਹਨ ਤੇ ਵੇਲਾਂ ਫੜ ਕੇ ਲੈ ਕੇ ਜਾਂਦੇ ਹਨ, ਤੇ ਅੱਜ ਕੱਲ ਨੱਚਦਾ ਹੈ ਨਾ ਜਿਹੜਾ, ਅੱਜ ਕੱਲ ਜਿਹੜਾ ਕਹਿੰਦੇ ਯੂਟਿਊਬ ਤੇ ਜਾਂ ਕਿਤੇ ਵੀ ਨੱਚਦਾ, ਉਹਨੂੰ 4 ਪੈਸੇ ਮਿਲਦੇ ਆ ਨਾ ਤਾਂ ਹੀ ਨੱਚਦਾ, ਤੇ ਇਹਦਾ ਮਤਲਬ ਕੰਜਰ ਚ ਉਸ ਮਰਾਸੀ ਜਾਂ ਭੰਡ ਦੇ ਵਿੱਚ ਤੇ ਉਸ ਕੰਜਰ ਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ, ਜਿਹਨੇ ਨੱਚ ਕੇ ਪੈਸੇ ਕਮਾਉਣੇ ਨੇ, ਬੰਦਾ ਮਿਹਨਤ ਨਾਲ ਕਮਾਉਂਦਾ ਹੋਵੇ ਨਾ ਗੱਲ ਵੱਖਰੀ ਹੈ, ਤੇ ਜਿਹਨਾਂ ਮਿਹਨਤਾਂ ਕੀਤੀਆਂ ਨੇ ਉਹਨਾਂ ਦੀਆਂ ਦਿਸ ਜਾਂਦੀਆਂ ਨੇ ਜਿਹੜੀਆਂ ਕੀਤੀਆਂ ਜਾਂਦੀਆਂ ਨੇ। ਚਲੋ ਅਸੀਂ ਮੰਨਦੇ ਤੁਸੀਂ ਮਿਹਨਤ ਵੀ ਕਰਦੇ ਕੰਮ ਵੀ ਕਰਦੇ, ਪਰ ਤੁਸੀਂ ਆ ਸੋਸ਼ਲ ਮੀਡੀਆ ਤੇ ਆ ਕੇ ਜਿਹੜੇ ਫੋਲੋਅਰ ਲੈ ਰਹੇ, ਕਾਹਦੇ ਲਈ ਲੈ ਰਹੇ, ਇੱਕ ਦੂਏ ਦੀਆਂ ਪੋਲਾਂ ਖੋਲ ਕੇ, ਤੁਹਾਡੇ ਘਰੇ ਤੁਹਾਡੀਆਂ ਮਾਵਾਂ, ਤੁਹਾਡੀਆਂ ਭੈਣਾਂ, ਤੁਹਾਡੇ ਭਰਾ ਜਿਨ੍ਹਾਂ ਦੇ ਮੈਂ ਲੱਗਦਾ ਜ਼ਮੀਰੇ ਮਰ ਗਏ ਵੇ ਮਾਂ ਪੇ ਦੇ, ਤਾਂ ਉਹ ਦੇਖਦੇ ਹੋਣੇ ਉਹ ਕਿਆ ਕਹਿੰਦੇ ਹੋਣੇ। ਇੱਕ ਕੁੜੀ ਕਿਆ ਕਹਿ ਰਹੀ, ਹਿਮਾਂਸ਼ੀ ਖੁਰਾਨਾ ਤੇ ਨਾਜ ਗਿੱਲ, ਤੇ ਇੱਕ ਕੁੜੀ ਜਿਹਦੀ ਪਿੱਛੇ ਜੇ ਵੀਡੀਓ ਵਾਇਰਲ ਹੋਈਆਂ ਦੀਆਂ ਪੁੱਠੀਆਂ ਸਿੱਧੀਆਂ, ਕਿਆ ਨਾਂ ਉਹਦਾ, ਉਹ ਨਾਲੇ ਸਾਰੇ ਨੇ ਯਾਰ ਉਹਦੀਆਂ ਵੀਡੀਓ ਵੇਖੀਆਂ ਨੇ, ਸਭ ਨੇ ਦੇਖ ਲਈਆਂ ਉਹਦੀਆਂ ਕੁੜੀ ਦੀਆਂ, ਨਾਂ ਨਹੀਂ ਯਾਦ ਆ ਰਿਹਾ, ਬੈਂਸ 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 ਉਹਦੀ, ਓਹੋ ਯਾਰ ਉਹਨੇ ਗੰਦ ਪਾਇਆ ਯਾਰ, ਠੀਕ ਹੈ ਗੰਦ ਪਾਇਆ ਹੋਇਆ, ਉਹਨਾਂ ਦੇ ਮਾਂ ਬਾਪ ਨਹੀਂ ਦੇਖਦੇ, ਉਹ ਤੁਸੀਂ ਫੋਲੋਅਰ ਲੈਣੇ, ਕੰਮ ਕਰਕੇ ਦੱਸੋ ਜੀ, ਤੁਸੀਂ ਵਧੀਆ ਗਾਉਂਦੇ ਜਾਂ ਵਧੀਆ ਮਾਡਲਿੰਗ ਕਰਦੇ, ਕਰਕੇ ਦੱਸੋ, ਇਹ ਥੋੜੀ ਨਾ ਮੈਂ ਕਰਨੈਲ ਨੂੰ ਗਾਲਾਂ ਕੱਢਣੀਆਂ, ਕਰਨੈਲ ਨਾ ਮੈਨੂੰ ਕੱਢਣੀਆਂ, ਸਾਡੇ ਵਰਗੇ ਉਹੀ ਬੰਦੇ ਜਿਹੜੇ ਸੁਣਦੇ ਇੱਕ ਦੂਜੇ ਦੀ ਸਪੋਰਟ ਕਰਦੇ, ਇਹਨਾਂ ਨੂੰ ਦੱਸੋ ਇਹਨਾਂ ਦੀ ਔਕਾਤ ਵੀ ਕਿਆ ਹੈ, ਕਿਉਂਕਿ ਤੁਸੀਂ ਗੰਦ ਪਾਉਣਾ ਛੱਡੋ, ਤੇ ਜੱਟ ਵੀ ਲਾਈਕ ਖਣੀ ਕੋਈ ਨਾਂ ਦਾ ਪੇਜ ਹੈ, ਆਈ ਡੋਂਟ ਨੋ, ਠੀਕ ਹੈ ਉਹ ਬਾਈ ਜੋ ਵੀ ਕੰਮ ਕਰ ਰਿਹਾ ਉਹਨਾਂ ਬੰਦੇ ਕੰਮ ਪਲਵਾਏ, ਬਹੁਤ ਵਧੀਆ ਕੰਮ ਕਰਦਾ ਸੀ ਮੰਨਦੇ, ਪਰ ਉਸ ਵੀਰ ਦੀ ਵੀ ਮੈਂ ਇੱਕ ਕੁੜੀ ਨਾਲ ਇਹਨਾਂ ਨੇ ਵਿੱਚੋਂ ਕਿਸੇ ਨਾਲ ਲਾਈਵ ਦੇਖਿਆ, ਉਹ 'ਚੋਂ ਗਾਲਾਂ ਵੀ ਕੱਢ ਰਿਹਾ, ਭੈਣ 'ਚੋਂ ਸਾਲਾ ਜੇ ਆ ਵੋ ਸਾਲੀ ਫਲਾਨਾ ਧਿਮਕੜਾ, ਵੀਰ ਥੋੜ੍ਹੀ ਜਿਹੀ ਆਪਣੀ ਲੈਂਗੁਏਜ ਵੀ, ਤੂੰ ਵੀ ਸਦਾ ਠੀਕ ਹੈ, ਆਪਾਂ ਤੈਨੂੰ ਨਹੀਂ ਗਲਤ ਕਹਿੰਦੇ, ਪਰ ਇਹਨਾਂ ਤਿੰਨਾਂ ਕੁੜੀਆਂ ਨੇ ਇੰਨਾ ਕੁ ਗੰਦ ਪਾਇਆ ਵਾ, ਇੰਨਾ ਗੰਦ ਪਾਇਆ ਵਾ, ਕੁੜੀਆਂ ਨੂੰ ਗਲਤ ਨਹੀਂ ਬੋਲਣਾ ਚਾਹੁੰਦੇ ਤੇ, ਕਿਉਂਕਿ ਸਾਡੇ ਘਰੇ ਵੀ ਭੈਣਾਂ ਏ, ਸੋਚਣ ਵਾਲੀ ਕਰਨੈਲ ਬਾਈ ਦਾ ਵੀ ਇੱਕ ਧੀ ਹੈ, ਠੀਕ ਹੈ ਜੀ, ਸਾਨੂੰ ਉਹਨਾਂ ਨੂੰ ਦੇਖਣਾ ਪੈਂਦਾ ਪਹਿਲਾਂ ਵੀ ਸਾਡੇ ਘਰੇ ਹੈ, ਇਹ ਕਿਆ ਲੱਗੀਆਂ ਵਾ ਵਿਚਾਰੀਆਂ ਕੰਮ, ਨਹੀਂ ਉਹ ਥੋੜੀ ਜਿਹੀ ਸੋਚਣ ਵਾਲੀ ਗੱਲ ਹੈ, ਇੱਕ ਕਹਿੰਦੀ ਤੂੰ ਮੇਰੇ ਭਰਾ ਨਾਲ ਸੈੱਟ ਸੈਂ, ਤੂੰ ਮੇਰੇ ਭਰਾ ਨਾਲ ਸੈੱਟ ਸੈਂ, ਉਹ ਬੜੇ ਇਹੋ ਜਿਹੇ ਤੁਹਾਡੇ ਭਰਾ ਨੇ, ਮੰਗੜ ਦੀ ਕਿਹੜੀ ਉਹ ਕੱਛੇ ਜਿਹੇ ਬੈਠੇ ਦੀ ਵੀਡੀਓ ਪਾਈ, ਕਿਸੇ ਦੀ ਮਤਲਬ ਯਾਰ ਹਰ ਕੋਈ ਬੰਦਾ ਆਪਣੀ ਫੋਟੋ ਖਿੱਚਦਾ, ਸਨੈਪ ਖਿੱਚਦਾ, ਜਿੱਦਾਂ ਮਰਜ਼ੀ ਯਾਰ, ਦੁਨੀਆ ਆਪਣੀ ਜ਼ਿੰਦਗੀ ਹੈ,
ਮਤਲਬ ਫਰੀਡਮ ਹੈ ਜ਼ਿੰਦਗੀ ਦੇ ਵਿੱਚ, ਆਪਣੀ ਫੋਟੋ ਕਿੱਦਾਂ ਵੀ ਖਿੱਚੇ, ਖਿੱਚ ਕੇ ਵਿਖਾਉਂਦੇ ਉਹਨੇ ਫੋਟੋ ਇੱਦਾਂ ਖਿੱਚੀ, ਜਿਹਨੇ ਯਾਰ ਜਿੱਦਾਂ ਮਰਜ਼ੀ ਖਿੱਚੀ ਹੋਏ ਸੋਸ਼ਲ ਮੀਡੀਆ 'ਤੇ ਵਿਖਾ ਕੇ, ਉੱਦਾਂ ਕਹਿ ਦਿਓ ਵੀ ਯਾਰ ਅਸੀਂ ਪਬਲਿਕ ਸਿਟੀ ਕਹਿਣੀ ਹੈ, ਮਾੜੇ ਪੁੱਠੇ ਸਿੱਧੇ ਕੱਪੜੇ ਪਾ ਕੇ ਆ ਜਾਓ, ਲੋਕਾਂ ਨੇ ਤੁਹਾਡੀਆਂ ਵੀਡੀਓ ਵਾਧੂ ਵੇਖ ਲੈਣੀਆਂ। ਪਬਲਿਕ ਸਿਟੀ ਲੈਣੀ ਸਾਨੂੰ ਦੱਸ ਦਿਓ, 200-300 ਸਾਡੇ ਕੋਲ ਪੇਜ ਹੈ ਦੋਨਾਂ ਕੋਲ, ਯੂਟਿਊਬ ਦੇ ਚੈਨਲ ਵੀ ਬਥੇਰੇ, ਸਾਨੂੰ ਦੱਸ ਦਿਓ ਤੁਹਾਨੂੰ ਚੰਗੇ ਤਰੀਕੇ ਨਾਲ ਦਵਾ ਦਿੰਦੇ, ਪਰ ਆਹ ਗੰਦ ਪਾਉਣਾ ਬੰਦ ਕਰ ਦਿਓ ਤੁਸੀਂ, ਗੰਦ ਜਿਹੜਾ ਪਾਇਆ ਨਾ ਤੁਸੀਂ, ਮੇਰਾ ਗਾਲਾਂ ਕੱਢਣੇ ਦਿਲ ਕਰਦਾ ਤਾ, ਉਹ ਜਿੱਦਾਂ ਬੇਸ ਵਾਲੇ ਮੁੰਡੇ ਦੇ ਨਾ ਉਹਨਾਂ ਨਾਲ ਵੀ ਗੰਦੀਆਂ, ਪਰ ਹੈਗੀਆਂ ਧੀਆਂ ਪੈਣਾ ਸਾਡੀਆਂ ਘਰਾਂ ਵਾਲੀਆਂ ਵਾਂਗੂ ਹੈ, ਪਰ ਅਸੀਂ ਨਾ ਸਮਝਾ ਸਕਦੇ, ਜੇ ਤਾਂ ਇਹਨਾਂ ਸਮਝ ਆ ਗਈ ਹੋਈ ਇੰਨੀ ਕੁ ਵੀਡੀਓ ਨਾਲੇ, ਤਾਂ ਆ ਦੇਖੋ ਵੀਡੀਓ ਪਾਉਣੀ ਹੈ ਇੱਕ ਦੂਜੇ ਦੇ ਖਿਲਾਫ ਬੰਦ ਕਰ ਦਿਓ। ਜੇ ਹੁਣ ਤੁਸੀਂ ਵੀਡੀਓ ਪਾਈ ਤਾਂ ਫਿਰ ਅਸੀਂ ਵੀ ਨਾ ਕਹਿ ਦਿੰਦੇ ਪੰਜਾਬੀ ਵਾਲੀ ਉਹ ਪਾਣੀ ਧੱਕ। ਸਹੀ ਗੱਲ ਹੈ, ਅਗਰ ਮੰਨ ਲੈ ਲੋਕਾਂ ਨੂੰ ਆਹ ਚੀਜ਼ ਪਸੰਦ ਹੋ ਗਈ ਹੈ ਨਾ, ਗਾਲਾਂ ਗੂਲਾਂ ਕੱਢਣੀਆਂ, ਕੁੜੀਆਂ ਨੇ ਯਾਰ ਉਹਨੇ ਉਹਦੀ ਪੋਲ ਖੋਲੀ, ਉਹਨੇ ਐਦਾ ਕੀਤਾ, ਇਹ ਖੋਲਣਾ ਨਾ ਯਾਰ, ਗਾਲਾਂ ਤੇ ਹਰ ਕੋਈ ਬੰਦਾ ਵਾਧੂ ਕੱਢ ਲੈਂਦਾ, ਤੇ ਕਿਸੇ ਦੇ ਪੜਦੇ ਹਰ ਕੋਈ ਖੋਲ ਲੈਂਦਾ, ਹਰ ਕੋਈ ਯਾਰ ਨਾ ਤੇ ਕੋਈ ਸਟਾਰਾਂ ਚ ਆਉਂਦਾ ਨਾ ਕੁਛ ਆਉਂਦਾ, ਸਿੱਧੀ ਗੱਲ ਕੰਜਰਾਂ ਤੇ ਮਰਾਸੀਆਂ ਦੇ ਵਿੱਚ ਆਉਂਦਾ। ਬਾਕੀ ਤੁਸੀਂ ਆਪਣੀਆਂ ਜਿਹੜੀਆਂ ਵੀਡੀਓ ਪਾ ਰਹੇ ਨਾ, ਇਹਨਾਂ ਬਿਲਕੁਲ ਜ਼ਿਆਦਾ ਸਾਬਤ ਕਰਤਾ ਤੁਸੀਂ 100% ਤੁਸੀਂ ਕਿੰਨੇ ਜੋਗੇ ਹੈ, ਠੀਕ ਹੈ। ਉਹ ਲੈਂਗੁਏਜ ਸੁਣ ਕੇ ਨਾ ਸਾਡਾ ਦੋਨਾਂ ਦਾ ਨਾ ਦਿਮਾਗ ਇੰਨਾ ਕੁ ਖਰਾਬ ਹੋਇਆ, 2-3 ਦਿਨ ਦਾ ਹੀ ਸਲਾਹ ਬਣਾਏਗਾ, ਛੱਡ ਯਾਰ ਕੁੜੀਆਂ ਹੈ ਧੀਆਂ ਭੈਣਾਂ ਛੱਡੋ ਛੱਡੋ, ਪਰ ਤੁਸੀਂ ਜਿਹੜੀਆਂ ਅੱਜ ਉਹ ਬੈਂਸ ਆ ਗਈ ਸਪੋਰਟ ਕਰਨੇ, ਠੀਕ ਹੈ ਕੁੜੀਏ ਤੂੰ ਠੀਕ ਹੈ ਸਪੋਰਟ ਕਰ ਜਿਹਦੀ ਮਰਜ਼ੀ, ਤੂੰ ਉਸ ਲੈਂਗੁਏਜ ਦੇਖ ਆਪਣੀ ਕੀ ਕਰ ਰਹੀ, ਅੱਜ ਤੇ 3 ਮਹੀਨੇ ਪਹਿਲਾਂ ਜਾਂ 6-7 ਮਹੀਨੇ ਹੋ ਗਏ ਨੇ, ਮੈਨੂੰ 6-7 ਮਹੀਨੇ ਹੋ ਗਏ, ਕਿੰਨੀਆਂ ਤੇਰੀਆਂ ਵੀਡੀਓ ਵਾਇਰਲ ਹੋਈਆਂ ਗਾਲਾਂ ਵਾਲੀਆਂ ਵੀ, ਤੇ ਤੇਰੀਆਂ ਹੋਰ ਵੀ ਆਈ, ਉਹਨਾਂ ਕੋਈ ਇੰਟਰਫੇਅਰ ਨਹੀਂ ਕਰਦੇ, ਤੇਰੀ ਲਾਈਫ ਕੁਛ ਵੀ ਕਰ, ਠੀਕ ਹੈ। ਬਾਕੀ ਸਾਡਾ ਤੂੰ ਕਹਿ ਰਹੀ ਕਿ ਮੇਰੇ ਮਾਂ ਬਾਪ ਏਦਾਂ ਨੀ ਏਦਾਂ, ਜਿਹੜੀਆਂ ਕੁੜੀਆਂ ਤੂੰ ਗੱਲਾਂ ਕਰ ਰਹੀ, ਜਿਹੜੇ ਰਾਹ ਪਰ ਤੂੰ ਚੱਲ ਪਈ ਨਾ ਹੱਥ ਜੋੜ ਦੇ, ਚੰਗੇ ਰਾਹ ਪੈ ਜਾ, ਬਾਕੀ ਸੋਚਣ ਵਾਲੀ ਗੱਲ ਸਾਡੀ ਇਹਨਾਂ ਕੋਈ ਦੁਸ਼ਮਣੀ ਨਹੀਂ ਹੈ, ਉਹ ਨਹੀਂ ਹੈਗੀ, ਪਰ ਅਸੀਂ ਕਿਸੇ ਨੂੰ ਸਮਝਾਉਣ ਨਹੀਂ ਰਹੇ, ਅਸੀਂ ਕਿਸੇ ਨੂੰ ਕੋਈ ਵਿਚਾਰ ਨਹੀਂ ਦੇਣ ਦੇ ਵੀ ਸਾਡੀ ਗੱਲ ਸੁਣ ਕੇ ਸੁਧਰ ਜਾਓ, ਯਾਰ ਸਾਨੂੰ ਜੋ ਚੰਗਾ ਲੱਗਾ ਆਪਾਂ ਕਹਿ ਦਿੱਤਾ ਵੀਡੀਓ ਦੇ ਵਿੱਚ, ਤੁਹਾਡਾ ਗੱਡਾ ਲੱਗਾ ਤੁਹਾਡਾ ਲੱਗਾ ਗੋਡਾ, ਕੋਈ ਪਰਵਾਹ ਨਹੀਂ। ਬਾਕੀ ਪਤਾ ਕੀ, ਜਦੋਂ ਸਾਹਮਣੇ ਜਿਹਦਾ ਚਿਹਰਾ ਬਣਿਆ ਹੁੰਦਾ ਨਾ ਫੇਸਬੁੱਕ ਤੇ ਯੂਟਿਊਬ ਤੇ ਹਰ ਜਗ੍ਹਾ ਬਣਿਆ ਹੁੰਦਾ, ਉਹਨੂੰ ਪਤਾ ਵੀ ਮੈਂ ਚਿਹਰਾ ਵਿਖਾਵਾਂਗਾ, ਜ਼ਿਆਦਾ ਨਹੀਂ ਨਾ ਵੀ 1 ਮਿਲੀਅਨ ਕੋ ਲੋਕ ਤੇ ਵੇਖਣਗੇ ਨਾ ਵੀ ਇਹਨਾਂ ਨੇ ਕੀ ਕੰਜਰਖਾਨਾ ਕੀਤਾ, ਤੇ ਜਿਹੜਾ ਆ ਕੇ ਇਹਦੇ ਤੇ ਕਰਦਾ ਨਾ ਕੰਜਰਖਾਨਾ, ਅਸੀਂ ਵੀ ਕਿਸੇ ਨੂੰ ਕੋਈ ਸਮਝਾਉਣ ਨਹੀਂ ਦੇ, ਪਰ ਇਹਨਾਂ ਕਹਿੰਦੇ ਆ ਨਾ ਵੀ ਬੜਾ ਗੱਲ ਨੇ ਧੀਆਂ ਨੇ, ਠੀਕ ਹੈ ਹਰ ਇੱਕ ਧੀ ਨੂੰ ਹਰ ਇੱਕ ਮਾਂ ਪਿਓ ਨੇ ਆਜ਼ਾਦੀ ਦਿੱਤੀ ਹੁੰਦੀ, ਇੰਨੀ ਵੀ ਨਹੀਂ ਦਿੱਤੀ ਹੁੰਦੀ ਵੀ ਜਾ ਕੇ ਕਿਸੇ ਨੂੰ ਜਾ ਕੇ ਨੰਗੇ ਕਰ ਦੇ, ਇਹਨਾਂ ਦਾ ਉਹ ਕੰਮ ਹੋ ਗਿਆ ਜਦੋਂ ਤੂੰ ਕਹਿੰਦਾ ਸਪਰਿੰਗ ਘੁੱਟ ਕੇ ਰੱਖਣਾ, ਉਹ ਕਿਤੇ ਹੱਥ ਤੋਂ ਤਿਲ ਕਹਿੰਦੇ ਛਾਲਾ ਮਾਰਦਾ, ਬਸ ਉਹੀ ਗੱਲ ਹੈ ਵੀ ਲੱਗਦਾ ਤੁਹਾਡੇ ਮਾਂ ਪਿਓ ਨੇ ਇੰਜ ਫੜ ਕੇ ਰੱਖਿਆ ਸੀ, ਜਿੱਦਣ ਛੱਡਿਆ ਨਾ ਤੁਸੀਂ ਸਾਰੇ ਬੁੱਲੇ ਛਾਲਾ ਮਾਰ ਗਏ, ਛਾਲਾ ਮਾਰ ਗਏ, ਹੁਣ ਜਿੱਦਣ ਘੁੱਟਣ ਦੀ ਕੋਸ਼ਿਸ਼ ਕੀਤੀ ਉਦਣ ਫਿਰ ਸੋਸ਼ਲ ਮੀਡੀਆ ਤੇ ਆ ਗਏ ਨਾ ਤੇ ਸਾਰਾ ਕੁਝ ਕਰਨ ਲੱਗੇ। ਬਾਕੀ ਯਾਰ ਛੱਡ ਯਾਰ, ਸੋਚੂਆ ਕਾਕਾ ਹੁਣ ਹੱਜ ਨੂੰ ਚੱਲੀਆਂ, ਮੈਂ ਤੁਹਾਨੂੰ ਬੇਨਤੀ ਕਰਦਾ ਛੱਡ ਦੋ ਇਹ, ਤੇ ਹੁਣ ਜੇ ਤੁਸੀਂ ਵੀਡੀਓ ਪਾਈਆਂ ਸਾਨੂੰ ਗਾਲਾਂ ਕੱਢੂਗੀਆਂ, ਮੈਂ ਕਹਿੰਦਾ ਅਸੀਂ ਵੀ ਧੱਕ ਪਾਉਂਗੇ, ਠੀਕ ਹੈ ਕਾਹਤੇ, ਸਵੇਰ ਨੂੰ ਸਾਨੂੰ ਸਭ ਤੋਂ ਪਹਿਲਾਂ ਨਫ਼ਰਤ ਆਉਂਦੀ, ਉੱਠ ਕਹਿੰਦਾ ਪਾਠ ਸੁਣੀ ਦਾ, ਇਹ ਨਾ ਕਿ ਡਰਿੰਕ ਕੀਤੀ ਕੁਛ ਨਹੀਂ ਹੈ, ਕੰਮ ਪਰ ਜਾਈਦਾ ਵੀਕਐਂਡ 'ਚ ਪੈਗ ਸ਼ੈਗ ਲਾਉਂਦੇ ਅਤੇ ਪਾਠ ਸੁਣਦੇ ਸਵੇਰ ਨੂੰ ਉੱਠ ਕੇ ਡੇਲੀ 5 ਵਜੇ ਔਨ ਕਰੀਏ ਨਾ ਯੂਟਿਊਬ, ਪਹਿਲੀ ਵੀਡੀਓ ਆਹੀ ਤੁਹਾਡਾ ਗੰਦ ਨਿਕਲਦਾ, ਠੀਕ ਹੈ, ਤੇ ਇਸ ਕਰਕੇ ਸਾਨੂੰ ਬੋਲਣਾ ਪਿਆ। ਬਾਕੀ ਸੋਚਣ ਵਾਲੀ ਗੱਲ ਹੈ, ਜਿਹੜਾ ਵੀ ਬੰਦਾ ਵੀਡੀਓ ਚੜਾਉਂਦਾ ਨਾ ਤੁਹਾਡੀ, ਪਤਾ ਕੀ ਕਹਿੰਦਾ, ਮੈਂ ਪੰਜਾਬੀ ਫਲਾਣਾ, ਮੈਂ ਪੰਜਾਬੀ ਫਲਾਣਾ, ਅੱਜ ਆ ਕੁੜੀਆਂ ਨੇ ਆਹ ਕਰਤਾ, ਅੱਜ ਆ ਕੁੜੀਆਂ ਨੇ ਆਹ ਕਰਤਾ, ਮਸਾਲਾ ਲਾਉਂਦੇ, ਮਸਾਲਾ ਪਤਾ ਕੀ, ਸਾਡੇ ਵੀਵਰ ਕਿੰਨੇ ਬਣੇ ਆ, ਸਾਨੂੰ ਕਮੈਂਟ ਕਿੰਨੇ ਆਏ ਆ, ਇਹ ਤਬਾਹ ਕਰੋ ਯਾਰ, ਇਹ ਭੂਦੀਆਂ ਸਾਡਾ ਨਾਂ ਹੁੰਦਾ, ਮੈਂ ਇਹਨਾਂ ਦਾ ਗਾਣਾ ਨਹੀਂ ਸੁਣਿਆ ਤਾ ਕੁੜੀਆਂ ਦਾ, ਇੱਕ ਤਾਂ ਸ਼ਾਇਦ ਸੁਣਿਆ ਤਾ, ਇੱਕ ਕੁੜੀ ਦਾ ਮੈਂ ਗਾਣਾ ਸੁਣਿਆ ਤਾ, ਠੀਕ ਹੈ ਮੈਨੂੰ ਚੰਗਾ ਲੱਗਿਆ ਮੈਂ ਉਹ ਕਰਤਾ, ਠੀਕ ਹੈ ਦੂਜੀ ਜੇ ਮੈਂ ਮਾਡਲਿੰਗ ਚ ਦੇਖਿਆ ਮੈਨੂੰ ਵੀ ਪਤਾ ਕੌਣ ਹੈ ਕਿਆ ਹੈ, ਮੈਨੂੰ ਨੋ ਵੀ ਨਹੀਂ ਪਤਾ ਤੇ, ਪਰ ਇੰਦੀਆਂ ਮੈਂ ਇੰਨੀਆਂ ਕੁ ਵੀਡੀਓ ਦੇਖ ਸਕਾਂ ਨਾ ਯੂਟਿਊਬ, ਪਰੇਸ਼ਾਨ ਹੋ ਗਿਆ ਜਿਹੜੀਆਂ ਲੜਾਈਆਂ ਵਾਲੀਆਂ, ਤੇ ਤਾਂ ਪਤਾ ਲੱਗਿਆ ਇਹ ਹੈ, ਜੇ ਤੁਸੀਂ ਕੰਮ ਕਰਦੀਆਂ ਕੰਮ ਕਰੋ, ਠੀਕ ਹੈ ਕਿਸੇ ਚੀਜ਼ ਦੀ ਲੋੜ ਹੈ ਘਰਦਿਆਂ ਤੇ ਮੰਗੋ, ਆਪਣੀ ਮਿਹਨਤ ਕਰੋ, ਇੱਕ ਦੂਜੇ ਨੂੰ ਤੁਸੀਂ ਗਾਲਾਂ ਕੱਢੀ ਜਾਂਦੀਆਂ, ਠੀਕ ਹੈ ਇੱਕ ਕਹਿ ਰਹੀ ਉਹਦਾ ਕੱਟੇ ਵਰਗੀ ਆਵਾਜ਼ ਹੈ, ਉਹਦਾ ਚੱਪਣ ਵਰਗਾ ਮੂੰਹ ਹੈ, ਉਹ ਮੇਰੇ ਭਾਈ ਨਾਲ ਸੈੱਟ ਹੈ, ਉਹ ਆਪਣੇ ਡੈਡੀ ਨੂੰ ਏਦਾਂ ਕਹਿੰਦੀ, ਉਹ ਖਣੀ ਇੱਕ ਕਹਿੰਦੀ ਇੱਕ ਨਾਲ ਲੌਂਡਾ ਰੱਖਿਆ ਵਾ, ਹੈਂ ਤੇ ਖਣੀ ਬਾਕੀ ਇੰਡਸਟਰੀ ਦੀਆਂ ਗੱਲਾਂ ਵਾਸਤੇ ਲੌਂਡਾ ਰੱਖਿਆ, ਉਹਨੂੰ ਮੈਂ ਪੁੱਛਦਾ ਲੌਂਡਾ ਪਤਾ ਕਿਹਨੂੰ ਕਹਿੰਦੇ, ਲੌਂਡੇ ਦਾ ਲਫ਼ਜ਼ ਵੀ ਪਤਾ ਤੁਹਾਨੂੰ, ਪਤਾ ਤੁਹਾਨੂੰ ਲੌਂਡਾ ਕਹਿੰਦੇ ਕਿਹਨੂੰ ਆ ਪੰਜਾਬੀ ਦੇ ਵਿੱਚ, ਪਹਿਲਾਂ ਇਹੀ ਮਾੜਾ ਜਿਹਾ ਸਿੱਖ ਲਿਆ ਜੇ, ਪਹਿਲਾਂ ਕਮ ਸੇ ਕਮ ਥੋੜੀ ਜਿਹੀ ਪੰਜਾਬੀ ਸਿੱਖ ਲਓ, ਪੰਜਾਬੀ ਸਿੱਖਣ ਤੋਂ ਬਾਅਦ ਫਿਰ ਅੱਗੇ ਗੱਲ ਕਰੇ, ਇਹ ਗੱਲ ਜਾ ਕੇ ਨਾ ਆਪਣੇ ਘਰੇ ਆਪਣੇ ਫਾਦਰ ਨੂੰ ਜਾਂ ਆਪਣੇ ਬ੍ਰਦਰ ਨੂੰ ਪੁੱਛ ਕੇ ਦੇਖੋ ਲੌਂਡਾ ਲੌਂਡੇ ਦਾ ਮਤਵਲ ਕਿਆ ਹੈ, ਠੀਕ ਹੈ। ਯਾਰ ਜ਼ਿਆਦਾ ਦੂਰ ਨਾ ਜਾਓ, ਆਹੀ ਵੀਡੀਓ ਤੁਹਾਡੀਆਂ ਵੀਡੀਓ ਨਾ ਆਪਣੇ ਮਾਂ ਪਿਓ ਨੂੰ ਵਿਖਾਇਆ ਜੇ, ਅਗਰ ਉਹ ਮਾਂ ਪਿਓ ਖੁਸ਼ ਹੋ ਗਏ ਤਾੜੀ ਮਾਰ ਦੇਣਗੇ ਆਹੋ, ਤੇ ਸਾਨੂੰ ਫਿਟੇ ਨੂੰ ਕਹਿ ਦੇਣਗੇ, ਜੋ ਕਹੋਗੇ ਅਸੀਂ ਕਰੂੰਗੇ, ਆਹੋ ਜੇ ਤੁਹਾਡੇ ਮਾਂ ਪਿਓ ਖੁਸ਼ ਹੋ ਗਏ ਨਾ ਵੀਡੀਓ ਵੇਖ ਕੇ, ਇੰਜ ਕਰਿਆ ਜੇ ਸਾਨੂੰ ਜੋ ਮਰਜ਼ੀ ਕਿਹਾ ਜੇ, ਜਿੱਦਾਂ
ਐਡਾ ਨਾਮ ਕਮਾ ਕੇ ਤੁਸੀਂ ਜਲਾਲਤ ਖੱਟਣੀ ਹੈ ਯਾਰ, ਹੱਦ ਹੋ ਗਈ ਹੈ, ਇੰਨੇ ਸਟਾਰ ਬਣ ਗਏ, ਅੱਜ ਐਂਡ ਤੇ ਆ ਕੇ ਜਲਾਲਤ ਖੱਟਣੀ ਹੈ। ਕਿਹੜੇ ਛੱਜ ਨੂੰ ਪਏ ਵੇ? ਪਤਾ ਨੀ ਰੱਬ ਜਾਣੇ, ਕਹਿੰਦਾ ਜਿੰਨੇ ਚਾਰ ਦਿਨ ਵੀਡੀਓ ਚੱਲ ਗਈਆਂ ਠੀਕ ਆ, ਨਹੀਂ ਚੱਲੀਆਂ ਤੇ ਕੰਜਰਖਾਨਾ ਕਰ ਲੋ। ਉਹ ਕੰਜਰਖਾਨਾ ਤੇ ਸ਼ੁਰੂ ਹੀ ਹੈ ਇੱਕ ਗੰਗਣਾ ਕੰਜਰੀ ਦੀ ਕੁੱਲ ਦੇ ਵਿੱਚੋਂ ਹੈ, ਮਤਲਬ ਵੀ ਜਿਹੜਾ ਬੰਦਾ ਗਾਉਂਦਾ ਵਜਾਉਂਦਾ ਤੇ ਨੱਚਦਾ ਉਹਦੇ ਵਿੱਚੋਂ ਆ ਜਾਂਦਾ। ਇਹਦੇ ਚ ਉਹ ਨੀ ਕੋਈ ਜੱਟ ਲਵਾਣਾ ਤੇ ਫਲਾਣਾ, ਕੋਈ ਚੂੜਾ ਚਮਾਰ, ਕੋਈ ਮਜ਼ਬੀ, ਕੋਈ ਉਹਦੇ ਚ ਨੀ ਆ ਜਾਂਦਾ। ਜਿਹੜਾ ਗਾਉਣ ਲੱਗ ਗਿਆ ਨਾ ਉਹ ਕੰਜਰਾਂ ਦੀ ਕੈਟਾਗਰੀ ਚ ਆ ਜਾਂਦਾ। ਇਹ ਗੱਲ ਯਾਦ, ਇਹਦੇ ਨਾਲ ਹੀ ਆਪਾਂ ਵੀਡੀਓ ਤੁਹਾਡੇ ਨਾਲ। ਜੱਟ ਵੀ ਜਿਹੜਾ ਬਦਨਾਮ ਕੀਤਾ ਉਹ ਵੀ ਤਾਂ ਪੁੱਛ ਲਿਆ ਜਰਾ, ਹੁਣ ਪੰਜਾਬ ਚ ਬਰਫ਼ ਪਈ ਵੀ ਉਹ ਜੱਟ ਦਾ ਕਿਆ ਹਾਲ ਹੈ? ਜੱਟ ਦਾ ਇਹਨਾਂ ਨੂੰ ਕਿਸੇ ਨੂੰ ਪਤਾ ਹੀ ਕੋ ਨੀ, ਜੱਟ ਹੈ ਕੀ ਹੈ ਯਾਰ? ਕਦੇ ਕਿਸੇ ਜੱਟ ਨੂੰ ਜਾ ਕੇ ਪੁੱਛਿਆ ਤੁਸੀਂ ਵੀ ਉਹ ਜੱਟ ਕਿੱਦਾਂ ਗੁਜ਼ਾਰਾ ਕਰਦਾ ਆਪਣਾ ਪਰਿਵਾਰ? ਜੱਟਾਂ ਦੇ ਮੁੰਡੇ ਆ ਬਾਹਰ ਆ ਕੇ ਤਿਆੜੀਆਂ ਲਾਣ ਲੱਗੇ ਵੇ। ਅੱਛਾ ਸਵੇਰੇ ਲਾ ਦਿੰਦੇ ਨੇ ਅਗਲੇ ਟੋਇਲਟਾਂ ਸਾਫ਼ ਕਰਨ, ਰਾਤ ਤੱਕ ਪਤਾ ਨੀ ਕੀ ਹੁੰਦਾ, ਗੱਲਾਂ ਕਰਦੇ ਨੇ ਗਾਹਾਂ। ਤੁਸੀਂ ਆ ਯੂਟਿਊਬ ਰਹਿੰਦੇ ਹੁੰਦੇ ਜੱਟਾਂ ਨੂੰ ਹੋਰ ਐ ਪਾਲਸ ਮਾਰ ਮਾਰ ਕੇ ਨਾ ਕਸਾ ਕੇ ਐ ਹਥੇਲੀ ਕਰਤੀ ਵੀ ਜੱਟਾਂ ਦੀ ਐ, ਤੇ ਬਾਕੀ ਕੋਈ ਜੱਟਾਂ ਦੇ ਮੁੰਡੇ ਵੀ ਜਿਹੜੇ ਸੁਗਰੇ ਵੀ ਉਹ ਤੁਹਾਡੀਆਂ ਵੀਡੀਓ ਨੂੰ ਉਹ ਕਰਕੇ ਕਰਕੇ ਜਿਨ੍ਹਾਂ ਨੇ ਕਦੇ ਹੱਡੀ ਮਿਹਨਤ ਨੀ ਕੀਤੀ ਹੁੰਦੀ, ਜਦੋਂ ਮਿਹਨਤ ਕਰੀਏ ਨਾ ਫਿਰ ਪਤਾ ਲੱਗਦਾ। ਤੇ ਬਾਕੀ ਸਹੀ ਹੈ ਬਾਜਵਾ ਯਾਰ, ਇੱਥੇ ਵੀਡੀਓ ਸਤਿ ਸ੍ਰੀ ਅਕਾਲ ਸਾਰੇ। ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ, ਪਰ ਸਾਡੀ ਹੁੰਦੀ ਗੱਲ ਜਿਹੜੀ ਹੁੰਦੀ ਸੱਚੀ ਹੁੰਦੀ, ਕਿਸੇ ਦਾ ਗੱਟਾ ਲੱਗਾ ਕਿਸੇ ਦਾ ਗੋਡਾ ਲੱਗਾ। ਜਿੱਥੇ ਗਲਤ ਲੱਗੀ ਨਾ ਕਮੈਂਟ ਕਰਕੇ ਦੱਸ ਦੀ ਮੇਰਾ ਭਰਾ ਵੀ ਇੱਥੇ ਗਲਤ ਹੈ, ਗਾਲਾਂ ਕੱਢਣੀਆਂ ਕੱਢ ਲਿਓ, ਪਰ ਤੁਸੀਂ ਉਤੇ ਪਹਿਲਾਂ ਨਾ ਇਹਨਾਂ ਕੁੜੀਆਂ ਦੀਆਂ ਤਿੰਨਾਂ ਦੀਆਂ ਵੀਡੀਓ ਦੇਖ ਲਿਓ, ਬੈਂਸ ਸਨਾਜ ਗਿੱਲ ਤੇ ਇੱਕ ਤੋਂ ਮੈਂ ਨੋ ਵੀ ਨੀ ਯਾਦ ਹੈ, ਪਤਾ ਨੀ ਕੌਣ ਹੈ ਯਾਰ, ਇਹ ਬਹੁਤ ਗੰਦ ਪਾਇਆ ਵਾ। ਇਹਨਾਂ ਦੀ ਵੀਡੀਓ ਦੇਖ ਲੈਂਦੀ, ਲੈਂਗੁਏਜ ਦੇਖੋ ਮੇਨ ਲੈਂਗੁਏਜ, ਠੀਕ ਹੈ ਜੀ। ਤੇ ਹੋਰ ਵੀ ਅਸੀਂ ਵੀਡੀਓ ਤੁਹਾਨੂੰ ਬਣਾ ਕੇ ਦਊਂਗੇ ਚੰਗੇ ਕੰਮਾਂ ਦੀਆਂ, ਬਾਹਰ ਆਉਣ ਦੀਆਂ, ਕਿੱਦਾਂ ਆਉਣਾ, ਕਿੱਦਾਂ ਕਿੱਥੇ ਕਿਆ ਕਰਨਾ, ਪਰ ਜਿਹੜਾ ਗੰਦ ਪਾਉਂਦੇ ਨਾ ਇਹ ਨੀ ਛੱਡ ਦੋ ਯਾਰ, ਰੱਬ ਦਾ ਵਾਸਤਾ। ਲੋਕ ਸਾਨੂੰ ਐ ਦਿਖਾਉਂਦੇ ਯਾਰ, ਆਹ ਤੁਹਾਡੀਆਂ ਕੁੜੀਆਂ, ਪਾਕਿਸਤਾਨੀ ਮੁੰਡੇ ਆਪਣੇ ਵੀਰ ਭਰਾ ਹੈ ਸਾਡੇ ਭਰਾਵਾਂ ਵਾਂਗੂ ਰਹਿੰਦੇ, ਪਰ ਉਹ ਕਿਆ ਦਿਖਾਉਂਦੇ, ਆਹ ਦੇਖੋ ਤੁਹਾਡੀਆਂ ਪੰਜਾਬ ਬਣਾ ਕੇ ਆਪਣਾ ਵੇਖ ਲੈ ਕੀ ਗੰਦ ਕਰਦੀ, ਉਹ ਟੋਟਾ ਆ ਪਟੋਲਾ ਆ ਕਿਆ ਕਰਨ ਲੱਗੀ ਵੀ, ਸਾਰੀ ਸਾਨੂੰ ਨਾ ਅੱਖਾਂ ਐ ਕਰਨੀਆਂ ਪੈ ਜਾਂਦੀਆਂ ਯਾਰ ਬਾਈ ਜਾਨ, ਕੋਈ ਗੱਲ ਨੀ ਯਾਰ, ਕਿਆ ਕਰੀਏ ਸਾਡੇ ਚੋਂ ਨੀ ਹੈ। ਬਾਕੀ ਆਪਾਂ ਮੁੱਕ ਦੀ ਗੱਲ ਮੁਕਾ ਦੀ ਕਹਿ ਯਾਰ, ਇਹ ਕੰਜਰਾਂ ਦੀ ਕੈਟਾਗਰੀ ਚ ਆਉਂਦੇ ਨੇ, ਸਹੀ ਗੱਲ ਹੈ ਨਾ, ਅਸੀਂ ਉਹ ਜੱਟ ਹੈ ਜਿਹੜੇ ਰੋਟੀ ਕੰਮ ਕਰਕੇ ਖਾਂਦੇ, ਸਹੀ ਗੱਲ। ਮੈਂ ਕਈ ਕੈਸਟ ਦੀ ਗੱਲ ਨੀ ਕਰਦਾ, ਇਹਦੇ ਗਾਣਿਆਂ ਕਰਕੇ ਮੈਨੂੰ ਵੀ ਜੱਟਾਂ ਦਾ ਬਲਟ ਨਾ ਪਾਉਣਾ ਪਿਆ ਵਿੱਚ। ਚਲੋ ਚੰਗਾ ਜੀ, ਓਕੇ, ਵੀਡੀਓ ਅਸੀਂ ਲੱਗੇ ਬੰਦ ਕਰਨ, ਧੰਨਵਾਦ, ਸਤਿ ਸ੍ਰੀ ਅਕਾਲ ਜੀ।